ਭਗਵੰਤ ਮਾਨ ਸਾਹਿਬ ਬਹੁਤ ਮਾੜੀ ਗੱਲ ਹੈ ਇਹ। ਹੁਣ ਹੁਣ ਇਹਨਾਂ ਕੋਲ ਹੈ ਨੀ ਕੁਛ, ਹੁਣ ਇਹ ਡੀਜੀਪੀ ਨੂੰ ਉਡੀਕ ਰਹੇ ਆ, ਕਦੇ ਐਸਐਸਪੀ ਨੂੰ ਉਡੀਕ ਰਹੇ ਨੇ। ਪਹਿਲਾਂ ਇਹ ਇਕੱਲੇ ਆ ਕੇ ਸਾਡੇ ਕੋਲ ਰਾਉਂਡ ਅਪ, ਤੁਸੀਂ ਨਾ ਕਰੋ ਇਹੋ ਜੀ ਗੱਲ ਪਲੀਜ਼ ਸਰ। ਮੈਂ ਕਿਹਾ ਨਾ ਕਰੋ ਇਹੋ ਜੀ ਗੱਲ, ਤੁਸੀਂ ਸਹੀ ਗੱਲ ਕਰਾਂਗੇ। ਕਿਹੜੀ ਤੂੰ ਤੁਸੀਂ ਚੋਰ ਹੋ, ਚੋਰ ਤੇ ਚੋਰੀ ਨਾਲ ਚੱਕਣ ਆਏ ਹੋ ਤੁਸੀਂ। ਸੋਰੀ ਕਹਿੰਦੇ ਸੋਰੀ, ਕਾਗਜ਼ ਦਿਖਾਓ, ਤੁਸੀਂ ਚੋਰ ਹੋ। ਸਾਡੇ ਵਰਕਰਾਂ ਨੂੰ ਕਦੇ ਚੱਕਦੇ ਹੋ, ਕਦੇ ਕਦੇ ਕਿਸੇ ਨੂੰ ਗੁੰਡਾ ਕਰਦੀ ਆ, ਹੁਣ ਇਕੱਲੇ ਨੂੰ ਦੇਖ ਕੇ ਫਿਰ ਚੱਕਾਂਗੇ। ਹੁਣ ਤੁਸੀਂ ਕਹਿੰਦੇ ਆ ਜਾਓ ਜੀ ਉੱਥੇ, ਇਹ ਮਾਂ ਇਹ ਆਮ ਆਦਮੀ ਦੀ ਸਰਕਾਰ, ਇਹ ਆਮ ਆਦਮੀ ਦੀ ਸਰਕਾਰ ਆ, ਗੁੰਡਾਗਰਦੀ ਕਰ ਰਹੇ ਹੋ ਤੁਸੀਂ ਲਾਈਵ ਕਰੋ ਲਾਈਵ, ਆਹ ਗੁੰਡਾਗਰਦੀ ਹੋ ਰਹੀ ਆ। ਆਸ਼ਵਿਨ ਦਿਖਾਓ, 5 ਮਿੰਟ ਅਸੀਂ ਡੀ ਜੀ ਦੇ ਆਫਿਸ ਤੋਂ ਆਏ ਹਾਂ ਅਤੇ ਇੱਥੇ ਆ ਖੜੇ ਆ, ਹੁਣ ਇਹਨਾਂ ਕੋਲ ਕੋਈ ਕਾਗਜ਼ ਨਹੀਂ ਗੇ, ਇਹ ਚੋਰਾਂ ਨੂੰ ਖੜੇ ਨੇ। ਤੁਸੀਂ ਕੀ ਹੋ, ਤੁਸੀਂ ਕੌਣ ਹੋ, ਕਿਹੜੇ ਕੀ ਨਾਮ ਤੁਹਾਡਾ ਡੀ ਐਸ ਪੀ ਦਾ? ਮੇਰਾ ਨਾਮ ਦਿੰਦਾ। ਕਿਹਨੇ ਭੇਜਿਆ ਤੁਹਾਨੂੰ ਦਫ਼ਤਰ ਚਲੇ ਜਾਓ, ਉੱਥੇ ਜਾ ਕੇ ਤੁਹਾਨੂੰ ਐਸਐਸਪੀ ਤੁਹਾਨੂੰ ਪੁੱਛਗਿੱਛ ਕਰ ਲਈ, ਅਸੀਂ ਤੁਹਾਡੇ ਕੋਲ ਆ ਜਾਂਦੇ ਉੱਥੇ। ਚੰਡੀਗੜ੍ਹ ਚੋਰੀ ਨਾਲ ਚੱਕਣ ਆਏ ਹੋ ਤੁਸੀਂ, ਸੋਰੀ ਕਹਿੰਦੇ ਸੋਰੀ, ਕਾਗਜ਼ ਦਿਖਾਓ, ਤੁਸੀਂ ਚੋਰ ਹੋ।
ਆਪਣੀ ਕਿਉਂ ਕਿਵੇਂ ਰੋਕ ਦੋਗੇ ਆਪਣਾ ਧੱਕੇ ਨਾਲ ਰੋਕ ਰਹੇ ਆ ਦੇਖੋ ਕੋਈ ਕਾਗਜ਼ ਨਹੀਂ ਕੋਈ ਕਾਗਜ਼ ਨਹੀਂ ਧੱਕੇ ਨਾਲ ਰੋਕ ਰਹੇ ਆ ਕੀ ਗੱਲ ਕੀ ਉਹਦੀ ਬਿਲਕੁਲ ਕੋਈ ਵਾਰੰਟ ਨੀ ਹੁਣ ਜਲ ਹੀ ਪਹਿਲਾਂ ਚੱਕ ਕੇ ਕਰਨਾ ਚਾਹੁੰਦੇ ਇੰਟੈਰੋਗੇਸ਼ਨ ਹੁਣ ਕਾਗਜ਼ ਜਿਹੜੇ ਮੰਗਾਉਣਗੇ ਉੱਥੋਂ ਕਿਤੋਂ ਪਹਿਲਾਂ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਭਰ ਕਰਨਾ ਚਾਹੁੰਦੇ ਸੀ ਅਸੀਂ ਕਰ ਲਈਏ ਸਾਰਿਆਂ ਨੂੰ ਟੈਲੀਫੋਨ ਕਰਵਾਇਆ ਹੈਲੋ ਪਰ ਜਾ ਕੇ ਇਹ ਕੋ ਜਾ ਕੇ ਭੱਜਿਆ ਕਾਲੀ ਕਾਲੀ ਦਾ